ਹਲਕਾ ਅਜਨਾਲਾ ਦੇ ਪਿੰਡ ਸੁਧਾਰ ਦੇ ਸੀਨੀਅਰ ਕਾਂਗਰਸੀ ਵਰਕਰ ਨਿਸ਼ਾਨ ਸਿੰਘ ਨੇ ਆਪਣੇ ਉੱਪਰ ਦਰਜ ਹੋਏ ਕੇਸ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਨੇ ਆਪਣੇ ਹਲਕੇ ਦੇ MLA ਨੂੰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਨਿਭਾ ਰਹੇ ਹਨ, ਪਰ ਕਾਂਗਰਸ ਸਰਕਾਰ ਦੇ ਹਲਕਾ ਅਜਨਾਲਾ ਦੇ MLA ਆਪਣੇ ਹੀ ਵਰਕਰਾਂ ਉੱਪਰ ਕਾਰਵਾਈ ਕਰਵਾ ਰਹੇ ਹਨ। ਦਰਜ ਕੀਤੇ ਹੋਏ ਕੇਸ ਵਿੱਚ ਨਿਸ਼ਾਨ ਸਿੰਘ ਵੱਲੋਂ ਉੱਚ ਅਧਿਕਾਰੀਆਂ ਕੋਲੋਂ ਇਨਕੁਆਇਰੀ ਦੀ ਮੰਗ ਕੀਤੀ ਗਈ ਹੈ। ਦੇਖੋ ਜੀ, ਆਪਾਂ ਜਿਸ ਸੰਬੰਧ ਦੇ ਵਿੱਚ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਸੱਦੀਏ ਕਿ ਅਸੀਂ ਜਿਹੜੇ ਸਾਡੇ ਕਾਂਗਰਸੀ ਵਰਕਰਾਂ ਦੇ ਨਾਲ, ਸਾਡੇ ਕਾਂਗਰਸੀ ਦੀ ਜਿਹੜੇ ਚੇਅਰਮੈਨ ਨੇ, ਜਿਹੜੇ ਉਹਨਾਂ ਨਾਲ ਧੱਕੇਸ਼ਾਹੀਆਂ ਮੌਜੂਦਾ ਸਰਕਾਰ ਦੇ ਵਿੱਚ ਮੌਜੂਦਾ ਹੀ ਬੰਦਿਆਂ 'ਤੇ ਹੋ ਰਹੀਆਂ ਨੇ, ਉਸੇ ਸੰਬੰਧ ਵਿੱਚ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਅਤੇ ਤੁਹਾਨੂੰ ਸ਼ਾਇਦ ਪਤਾ ਹੋਣਾ ਵਾ ਕਿ ਪਹਿਲਾਂ ਹੌਲੀ ਹੌਲੀ ਸਾਡੇ ਜੰਡਿਆਲੇ ਵਾਲੇ ਚੇਅਰਮੈਨ, ਜੋ ਪੱਕੇ ਟਕਸਾਲੀ ਕਾਂਗਰਸੀ ਅਟਾਰੀ ਚੇਅਰਮੈਨ, ਮਜੀਠਾ ਚੇਅਰਮੈਨ ਅਤੇ ਖਾਸ ਕਰ ਸਾਡੇ ਅਜਨਾਲੇ ਦੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਖੁਦ ਮੇਰੇ 'ਤੇ ਵੀ 323, 324, 326, 341, 506 ਦਾ ਜੋ ਕਿ ਆਪ ਬੈਠ ਕੇ ਥਾਣੇ 'ਚ ਪਰਚਾ ਦਰਜ ਕਰਵਾਇਆ, ਜਦਕਿ ਮੈਂ ਉਸ ਟਾਈਮ ਕਿਸੇ ਝਗੜੇ ਵਿੱਚ ਮੌਜੂਦ ਨਹੀਂ ਸੀਗਾ। ਮੈਂ ਉਸ ਟਾਈਮ ਸਵੇਰੇ ਘਰੋਂ 7 ਵਜੇ ਨਿਕਲ ਕੇ ਅਸੀਂ ਅਤੇ ਹੋਜਰਾ ਸਾਹਿਬ, ਇੱਕ ਮਿੰਟ ਭਾਅ ਜੀ, ਇਹਨਾਂ ਨੇ ਬੈਠ ਕੇ ਸਾਡੇ 'ਤੇ, ਮੇਰੇ 'ਤੇ ਵੀ ਪਰਚਾ ਦਰਜ ਕਰਵਾਇਆ, ਜਦਕਿ SSP ਨੂੰ, IG ਨੂੰ, ਪੁਲਿਸ ਮੁਖੀ ਜੋ ਥਾਣਾ ਸੀਗਾ ਉਹਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਅਸੀਂ ਉੱਥੇ ਨਹੀਂ ਹੈਗੇ। ਜਦਕਿ JLC MLA ਨੂੰ ਕੀ ਹੈ ਕਿ ਜੋ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਨਸ਼ਾ ਬੰਦ ਕਰਾਉਣ ਦੀ, ਅਸੀਂ ਉਸੇ ਮਕਸਦ ਨੂੰ ਲੈ ਕੇ ਸਾਡੀ ਇੱਕ ਸੈੱਲ ਤਿਆਰ ਕੀਤਾ ਗਿਆ ਮਹਾਰਾਣੀ ਸਾਹਿਬ ਕੈਪਟਨ ਸਾਹਿਬ ਵੱਲੋਂ, ਐਂਟੀ ਨਾਰਕੋਟਿਕ ਸੈੱਲ। ਅਸੀਂ ਸਮਗਲਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜਾਉਂਦੇ ਹਾਂ, ਨਸ਼ਾ ਕਰਨ ਵਾਲਿਆਂ ਦਾ ਇਲਾਜ ਕਰਵਾਉਂਦੇ ਹਾਂ, ਜਿਹੜੀ ਕਿ ਇਹ ਚੀਜ਼ ਇਹਨਾਂ ਨੂੰ ਹਜ਼ਮ ਨਹੀਂ ਹੁੰਦੀ। ਕਿਉਂਕਿ ਇਹਨਾਂ ਦੇ ਵੀ ਮੈਨੂੰ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਜੋ ਸਾਡੇ ਹਲਕੇ ਦੇ MLA ਨੇ, ਹੋ ਸਕਦਾ ਇਹਨਾਂ ਦੇ ਵੀ ਕੋਈ ਇਹਨਾਂ ਨਾਲ ਰਿਲੇਸ਼ਨ ਹੋਣ, ਜੋ ਕਿ ਇਹਨਾਂ ਨੂੰ ਸਾਡੀ ਮੁਹਿੰਮ ਜਿਹੜੀ ਪਸੰਦ ਨਹੀਂ ਆਈ, ਜਦਕਿ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪਸੰਦ ਨਹੀਂ ਆਈਆਂ। ਇਹਦਾ ਕਾਰਨ ਕੀ ਹੈ? ਸਾਡੇ ਹਲਕੇ ਦੇ ਵਿੱਚ ਸਾਨੂੰ ਸਾਰਿਆਂ ਨੇ ਤੁਸੀਂ ਨਿਊਜ਼ 'ਚ ਦੇਖਿਆ ਹੋਣਾ, ਚਮਿਆਰੀ ਵਿੱਚ ਇੱਕ ਸਮਗਲਰਾਂ ਨੇ ਸ਼ਰੇਆਮ ਸਾਡੇ ਟਕਸਾਲੀ ਕਾਂਗਰਸੀ ਪਟਵਾਰੀ ਸੁਲੱਖਣ ਹੋਣਾ ਦੇ ਭਰਾ ਦੀ ਕਿਰਚੀਆਂ ਮਾਰ ਕੇ ਡੈਥ ਕਰ ਦਿੱਤੀ। ਡੈਥ ਉਹਨਾਂ ਦੇ ਭਰਾ ਦੀ ਹੋਈ, ਉਲਟੇ ਉਹਨਾਂ ਦੇ ਪਰਿਵਾਰ 'ਤੇ ਫਿਰ ਉਸੇ ਪਾਰਟੀ ਵੱਲੋਂ, ਨਸ਼ਿਆਂ ਵਾਲੇ ਸਮਗਲਰਾਂ ਵੱਲੋਂ ਉਸ ਕਾਂਗਰਸੀ ਪਰਿਵਾਰ 'ਤੇ ਪਰਚੇ ਕੀਤੇ ਗਏ। ਇਸੇ ਤਰ੍ਹਾਂ ਦਾ ਇੱਕ ਸਾਡਾ ਮਾਮਲਾ ਭੰਡਾਰੀ, ਸਾਡੇ ਸਾਬਕਾ ਸਰਪੰਚ ਸੀਗੇ, ਉਹਨਾਂ ਇਲੈਕਸ਼ਨ ਵਾਲੇ ਦਿਨ ਚੁੱਕ ਕੇ ਥਾਣੇ ਬਿਠਾਇਆ ਗਿਆ, ਜਲੀਲ ਕੀਤਾ ਗਿਆ, ਉਹਨਾਂ 'ਤੇ ਵੀ ਝੂਠਾ ਪਰਚਾ ਦਰਜ ਕਰਨ ਲੱਗੇ, ਅਸੀਂ ਜ਼ੋਰ ਲਾ ਕੇ ਬਚਾਇਆ। ਬੱਲੜਵਾਲ ਇਲੈਕਸ਼ਨ ਵਾਲੇ ਦਿਨ ਕੰਵਰ ਪ੍ਰਤਾਪ ਸਿੰਘ ਅਜਨਾਲਾ ਆਪਣੇ ਨਾਲ, ਆਪਣੇ ਸਾਥੀਆਂ ਨਾਲ ਲੈ ਕੇ ਉੱਥੇ ਬੂਥ 'ਤੇ ਕਬਜ਼ਾ ਕਰਨ ਵਾਸਤੇ ਗਿਆ, ਉੱਥੇ ਝਗੜਾ ਹੋਇਆ, ਉੱਥੇ ਵੀ ਸਾਡੇ ਕਾਂਗਰਸੀਆਂ ਦੇ ਪਰਚੇ ਹੋਏ, ਜਦਕਿ MLA ਦੇ ਬੇਟੇ 'ਤੇ ਕੋਈ ਕਾਰਵਾਈ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਉੱਥੋਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ, ਕਾਂਗਰਸ ਲੀਡਰਸ਼ਿਪ ਆ, ਉਹਨੂੰ ਇਹ ਖਤਮ ਕਰਨੀ ਚਾਹੁੰਦੇ ਨੇ। ਜੋ ਅਕਾਲੀ ਦਲ ਵਿੱਚ ਜਿਨ੍ਹਾਂ ਬੰਦਿਆਂ ਨੇ ਗੰਦ ਪਾਇਆ ਸੀ, ਜਿਹੜੇ ਅਕਾਲੀ ਦਲ ਵਿੱਚ ਰਹਿ ਕੇ ਹੁਣ ਸਾਡੀ ਪਾਰਟੀ ਸ਼ਾਮਿਲ ਹੋਏ ਨੇ, ਅੱਜ ਉਹੀ ਬੰਦੇ ਸਾਡੀ ਕਾਂਗਰਸ ਪਾਰਟੀ ਦਾ ਨਾਂ ਖਰਾਬ ਕਰ ਰਹੇ ਨੇ। ਸਾਡੇ MLA ਉਹਨਾਂ ਦੇ ਕਹਿਣ 'ਤੇ ਸਾਰੇ ਕੰਮ ਕਰ ਰਹੇ ਨੇ। ਸਾਡੇ ਹਲਕੇ 'ਚ 2-3 ਪ੍ਰਧਾਨ ਨੇ ਜਿਨ੍ਹਾਂ ਦਾ ਕੋਈ ਐਡਾ ਵਜੂਦ ਨਹੀਂ ਆ, ਸਿਰਫ ਉਹੀ MLA ਇੱਧਰ ਕਿੱਧਰ ਘੁੰਮ ਘੁੰਮ ਕੇ ਅਤੇ ਉਹੀ ਉਹਨਾਂ ਨੂੰ ਸਲਾਹ ਮਸ਼ਵਰਾ ਦੇ ਕੇ ਅਤੇ ਸਾਡੇ ਹਲਕੇ ਦਾ ਬੇੜਾ ਗਰਕ ਕਰ ਰਹੇ ਨੇ। ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਸਾਡੀ ਸਰਕਾਰ ਹੁੰਦਿਆਂ ਹੀ ਸਾਡਿਆਂ ਦੇ ਪਰਚੇ, ਮੇਰੇ ਤੋਂ ਪਹਿਲਾਂ ਵੀ 10-12 ਪਰਚੇ MLA ਬੋਨੀ ਨੇ ਅਕਾਲੀ ਸਰਕਾਰ ਵੇਲੇ ਕਰਾਏ, ਹੁਣ ਵੀ ਸਾਡੇ MLA ਖੁਦ ਸਾਡੇ 'ਤੇ ਕਰਾਏ। ਸਾਡੇ MLA ਸਾਹਿਬ ਸਾਨੂੰ ਕਹਿੰਦੇ ਆ ਕਿ ਇਹਨਾਂ ਦਾ ਕੈਪਟਨ ਭੂਤ ਕੱਢਣਾ, ਇਹ ਕੈਪਟਨ ਗਰੁੱਪ ਦੇ ਬੰਦੇ ਆ, ਕੈਪਟਨ ਗਰੁੱਪ ਖਤਮ ਕਰਨਾ। ਤੁਸੀਂ ਸਾਰੇ ਮੀਡੀਆ ਵਾਲੇ ਬੈਠੇ, ਸਾਰੇ ਵੀਰ ਬੈਠੇ, ਮੈਂ ਤੁਹਾਨੂੰ ਕੁਐਸਚਨ ਕਰਨਾ ਚਾਹੁੰਦਾ। ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ, ਅਸੀਂ ਇੰਨਾ ਚਿਰ ਹੋ ਗਿਆ ਕਾਂਗਰਸ ਰਹਿੰਦਿਆਂ ਨੂੰ ਕਿ ਮੁੱਖ ਮੰਤਰੀ ਵੱਡਾ ਹੁੰਦਾ ਵਾ ਕਿ ਜਾਂ MLA ਵੱਡਾ ਹੁੰਦਾ? ਇੱਕ MLA ਖੁਦ ਕਹਿ ਰਿਹਾ, ਇੱਕ ASC ਸੁਖਵਿੰਦਰ ਥਾਣਾ ਰਮਦਾਸ ਵਾਲਾ ਜਿਹਨੇ ਸਾਡੇ 'ਤੇ ਨਜਾਇਜ਼ ਪਰਚਾ ਦਿੱਤਾ, ਉਹ ਖੁਦ ਕਹਿ ਰਿਹਾ ਕਿ ਤੁਹਾਡੇ ਵਿੱਚ ਜਿਹੜਾ ਕੈਪਟਨ ਦਾ ਭੂਤ ਵੜਿਆ ਨਾ, ਉਹ ਭੂਤ ਕੱਢਣਾ। ਸ਼ਾਇਦ ਕੈਪਟਨ ਸਾਹਿਬ ਨੂੰ ਵੀ ਯਾਦ ਹੋਣਾ, 2014 ਦੀ MP ਇਲੈਕਸ਼ਨ ਵਿੱਚ ਸਾਡਾ ਝਗੜਾ ਹੋਇਆ, ਕੈਪਟਨ ਸਾਹਿਬ ਆਪ ਖੁਦ ਦਿੱਲੀਓਂ ਚੱਲ ਕੇ ਸਾਡੇ ਉੱਥੇ ਸੁਧਾਰ ਆ ਕੇ ਉਹਨਾਂ ਨੇ ਸਾਡੀ ਪੈਰਵਾਈ ਕੀਤੀ, ਅਤੇ 41 ਪੰਚਾਂ ਸਰਪੰਚ ਦੇ ਜਿਹੜੇ ਮੌਜੂਦਾ ਸਰਪੰਚ ਸੀਗੇ ਵਿਰੋਧੀ ਧਿਰ ਵਾਲੇ, ਉਹਨਾਂ ਦੇ ਪਰਚੇ ਕਰਵਾਏ।
ਇੱਕ ਸੀਐਮ ਸਾਹਿਬ ਐਡੀ ਦੂਰ ਉੱਠ ਕੇ ਆਣ ਕੇ ਸਾਡਾ ਹਾਲ ਚਾਲ ਪੁੱਛ ਕੇ ਸਾਡੀ ਖਬਰਸਾਰ ਲੈਂਦੇ ਨੇ, ਸਾਡੇ ਲੋਕਲ MLA ਨੂੰ ਕੋਈ ਪਰਵਾਹ ਨਹੀਂ। ਜਦਕਿ ਜਦੋਂ ਅਸੀਂ ਆਏ ਸਾਡੇ ਸੀਨੀਅਰ ਸਾਰੀ ਲੀਡਰਸ਼ਿਪ ਜਿਹੜੀ ਬੈਠੀ ਹੈ, ਸੀਨੀਅਰ ਕਾਂਗਰਸ ਬੈਠੀ ਹੈ, ਅੱਜ ਉਹਨਾਂ ਦੀ ਕੋਈ ਉੱਥੇ ਸਾਡੀ ਪਾਰਟੀ 'ਚ ਪੁੱਛਗਿੱਛ ਨਹੀਂ ਹੈ, ਸਿਰਫ ਨਵੇਂ ਬੰਦੇ 'ਚ ਪੁੱਛਗਿੱਛ ਹੈ। ਤੁਸੀਂ ਟੈਂਡਰ ਲਾ ਲਓ, ਟਰਾਂਸਪੋਰਟ ਲਾ ਲਓ, ਅਕਾਲੀਆਂ ਦਾ ਕਬਜ਼ਾ, ਰੇਤ ਮਾਫੀਆ ਵੀ ਅਕਾਲੀਆਂ ਦਾ ਕਬਜ਼ਾ, ਟਰਾਂਸਪੋਰਟ ਟੈਂਡਰ ਸਾਰੇ ਅਕਾਲੀ ਦਲ ਦੇ ਟਾਈਮ ਵਿੱਚ ਜੋ ਵੇਰੂ ਲੈਂਦਾ ਰਿਹਾ ਸੀ ਉਹਨਾਂ ਕੋਲ, ਹੁਣ ਸਾਡੀ ਪਾਰਟੀ ਸ਼ਾਮਿਲ ਹੋਇਆ ਵੀ ਨਹੀਂ, ਸਾਰੇ ਟੈਂਡਰ ਉਹਦੇ ਕੋਲ ਨੇ। ਆਪਾਂ ਇਹਦਾ ਕੀ ਮਤਲਬ ਕੱਢ ਸਕਦੇ ਹਾਂ, ਕਿਉਂ ਅਕਾਲੀ ਦਲ ਦਾ ਸਾਡੇ ਹਲਕੇ 'ਤੇ ਕਬਜ਼ਾ ਵਾ ਇਹ ਥੱਲੇ? ਫਰੈਂਡਲੀ ਮੈਚ ਮਤਲਬ ਕਾਂਗਰਸ ਅਤੇ ਅਕਾਲੀ, ਅਕਾਲੀ ਕਾਂਗਰਸੀ ਸਾਡੇ ਜੋ ਹਲਕੇ ਦੇ ਨੇ MLA ਬੋਨੀ ਔਰ MLA ਹਰਪ੍ਰਤਾਪ ਸਿੰਘ, ਇਹ ਫਰੈਂਡਲੀ ਮੈਚ ਖੇਡ ਰਹੇ ਨੇ। ਜਦਕਿ ਜਦ ਰੇਤਾ ਨਿਕਲਦੀ ਸੀ ਉਦੋਂ ਹੀ ਹਰਪ੍ਰਤਾਪ ਨੂੰ ਪਹੁੰਚਦਾ ਸੀ, ਹੁਣ ਹਰਪ੍ਰਤਾਪ ਰੇਤਾ ਨਿਕਲਦੀ ਹਰਪ੍ਰਤਾਪ ਦੀ ਬੋਨੀ ਨਹੀਂ ਸਰ ਪਹੁੰਚਦਾ। ਇੱਕ ਦੂਜੇ ਦੇ ਕਦੀ ਇਹ ਬਰਖਿਲਾਫ਼ ਨਹੀਂ ਬੋਲੇ, ਨਾ ਕਦੀ ਬੋਨੀ ਨੇ ਉਹਦੇ ਬਰਖਿਲਾਫ਼ ਬਿਆਨ ਦਿੱਤਾ ਅਤੇ ਨਾ ਸਾਡੇ ਜਨਾਣਾ ਸਾਹਿਬ ਨੇ ਕਦੀ ਬੋਨੀ ਦੇ ਬਰਖਿਲਾਫ਼ ਬਿਆਨ ਦਿੱਤਾ, ਅਤੇ ਖੁਦ ਸਾਡੇ ਹੀ ਆਪਣੇ ਹੀ ਬੰਦਿਆਂ ਨੂੰ ਖਤਮ ਕਰਦੇ ਤੁਲਿਆ। ਮੈਂ ਦੇਖੋ ਗੁਜਾਰਿਸ਼ ਕਰਦਾ ਹਾਂ MLA ਸਾਹਿਬ ਨੂੰ ਵੀ ਕਿ ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣੇ ਕੰਮ 'ਤੇ ਲੱਗੇ ਰਹਿਣ ਦਿਓ। ਜੋ ਸਾਡਾ ਸ਼ੈਲ ਆ ਸਾਨੂੰ ਸਾਡੇ ਧੱਕੇ ਸ਼ਹੀਆਂ ਜੋ ਸਾਡੇ ਕਾਂਗਰਸੀ ਸਾਡੇ ਵਰਕਰਾਂ ਨਾਲ ਬੰਦ ਕਰੋ, ਨਹੀਂ ਤਾਂ ਅਸੀਂ ਇਹਦਾ ਤਿੱਖਾ ਵਿਰੋਧ ਕਰਾਂਗੇ, ਚਾਹੇ ਸਾਨੂੰ ਇਹਦੀ ਕੋਠੀ ਦਾ ਘਿਰਾਓ ਕਰਨਾ ਪਏ, ਚਾਹੇ ਸਾਨੂੰ ਕਾਲੀਆਂ ਝੰਡੀਆਂ ਲੈ ਕੇ ਸਾਰੇ ਹਲਕੇ ਦੇ ਵਿੱਚ ਰੋਸ ਮਾਰਚ ਕਰਨਾ ਪਏ, ਕਿਉਂਕਿ ਅਸੀਂ ਹੁਣ ਤੰਗ ਆ ਚੁੱਕੇ ਹਾਂ। ਅਤੇ ਅਕਾਲੀ ਸਰਕਾਰ ਵੇਲੇ ਵੀ ਪਰਚੇ, ਉਹ ਵੀ ਸਾਡਾ ਕੈਪਟਨ ਭੂਤ ਹੀ ਕੱਢਦੇ ਰਹੇ, ਹੁਣ ਆਪਣੀ ਸਰਕਾਰ 'ਚ ਸਾਡੇ ਆਪਣੇ MLA ਸਾਡਾ ਕੈਪਟਨ ਭੂਤ ਹੀ ਕੱਢ ਰਹੇ ਆ। ਅਤੇ ਅਸੀਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ, ਕੈਪਟਨ ਸਾਹਿਬ ਕਿਹੜਾ ਭੂਤ ਹੈ ਜਿਹੜਾ ਕਾਂਗਰਸੀਆਂ ਦਾ ਤੁਸੀਂ ਕੱਢਣਾ ਚਾਹੁੰਦੇ, ਤੁਹਾਡੇ MLA ਕੱਢਣਾ ਚਾਹੁੰਦੇ, ਸਾਨੂੰ ਇੱਕ ਨਾ ਦੱਸ ਦਿਓ। ਸਾਡੇ ਕਾਂਗਰਸੀਆਂ ਨੇ ਮਾੜਾ ਕੀ ਕੀਤਾ, ਇਹੀ ਕੀਤਾ ਗਿਆ। ਇਹ ਲੜਕਾ ਵਾ ਜਿਸ ਦੀ ਉਮਰ 17 ਸਾਲ ਹੈ, ਇਹਨੇ ਰੀਸੈਂਟਲੀ ਪਲੱਸ 2 ਕਰਕੇ ਕੈਨੇਡਾ ਦੀ ਫਾਈਲ ਲਾਈ ਹੋਈ ਹੈ, ਇਹਦਾ ਬੱਚੇ ਦਾ ਕੀ ਕਸੂਰ ਹੈ? MLA ਨੇ ਜਿਹੜਾ ਜਾਇਜ਼ ਇੱਥੇ ਪਰਚਾ ਦੇ ਕੇ ਇਹਦਾ ਫਿਊਚਰ ਖਰਾਬ ਕੀਤਾ। ਜੇ ਅਸੀਂ ਨੌਕਰੀ ਨਹੀਂ ਦੇ ਸਕਦੇ, ਸਰਕਾਰ ਨੌਕਰੀਆਂ ਦੇਵਾਂਗੇ ਤਾਂ ਇੱਥੋਂ ਤੱਕ ਤਾਂ ਕੋਈ ਸ਼ਰਮ ਕਰਨ ਕਿ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਉਹਨਾਂ ਬਾਰੇ ਸੋਚ ਰਹੇ ਹਾਂ। ਅਸੀਂ ਇਹਦੀ ਨਿਖੇਧੀ ਕਰਦੇ ਹਾਂ ਕਿ MLA ਸਾਹਿਬ ਨੂੰ ਵਾਰਨਿੰਗ ਦਿੰਦੇ ਹਾਂ ਕਿ ਇਸ ਤਰ੍ਹਾਂ ਜਿਹੜਾ ਕਰਦੇ ਤੁਸੀਂ ਕੰਮ ਕਰੋ। ਤੁਹਾਡੇ ਆਪਣੇ ਹੀ MLA ਵੱਲੋਂ ਇਹ ਵਿਤਕਰਾ ਕੀਤਾ ਜਾ ਰਿਹਾ ਜੀ? ਬਿਲਕੁਲ ਜੀ, ਸਾਡੇ ਅਜਨਾਲਾ ਸਾਹਿਬ ਹਰਪ੍ਰਤਾਪ ਸਿੰਘ ਅਜਨਾਲਾ MLA ਵੱਲੋਂ ਸਾਡੇ 'ਤੇ ਵਿਤਕਰਾ ਕੀਤਾ ਜਾ ਰਿਹਾ। ਉਹ ਸਾਨੂੰ ਇਹ ਚੀਜ਼ਾਂ ਜੋ ਅਸੀਂ ਮੁਹਿੰਮ ਚਲਾਈ ਆ ਨਸ਼ਾ ਛਡਾਉਣ ਦੀ, ਜੋ ਅਸੀਂ ਬੰਦੇ ਫੜਾਉਂਦੇ ਹਾਂ ਉਹ ਸਾਡਾ ਜੈਲਸੀ ਰੱਖਦੇ, ਅਤੇ ਸਾਡੇ ਇੱਕ ਪ੍ਰੋਬਲਮ ਮੇਨ ਹਲਕੇ 'ਚ ਕੀ ਹੈ? ਗਰੁੱਪ ਬੰਦੀ। ਉਹ ਸਾਨੂੰ ਸਾਡੇ 'ਤੇ ਇਲਜ਼ਾਮ ਲਾਉਂਦੇ ਕਿ ਤੁਸੀਂ ਕੈਪਟਨ ਗਰੁੱਪ ਜੇ, ਅਸੀਂ ਤੁਹਾਡਾ ਕੈਪਟਨ ਗਰੁੱਪ ਦਾ ਭੂਤ ਕੱਢਣਾ, ਬਸ ਜੀ ਹੋਰ ਕੋਈ ਨਹੀਂ, ਸਾਨੂੰ ਬਸ ਗਰੁੱਪ ਬੰਦੀ ਸਾਡੀ ਜੋ ਆ ਮਾਰ ਰਹੀ ਆ। ਪੁਲਿਸ ਨੇ ਕੀ ਕਾਰਵਾਈ ਕੀਤੀ ਜੀ ਤੁਹਾਡੇ ਕੇਸ 'ਤੇ? ਪੁਲਿਸ ਨੇ ਜੀ ਮੇਰੇ 'ਤੇ ਪਰਚਾ ਦਿੱਤਾ ਜੀ 323, 324, 326, 341, 506, 148, 149, ਜਦਕਿ ਮੈਂ ਉਸ ਟਾਈਮ ਉੱਥੇ ਅਸੀਂ ਮੌਜੂਦ ਨਹੀਂ ਸੀ। ਸਾਡੇ ਜਿੰਨੇ ਵੀ ਬੰਦੇ ਫਸਾਏ ਗਏ ਸਾਰੇ ਝੂਠੇ ਫਸਾਏ ਗਏ, ਜਦਕਿ ਉਹਨਾਂ ਬੰਦਿਆਂ ਨੇ ਹਥਿਆਰਾਂ ਲੈਸ ਹੋ ਕੇ ਆਣ ਕੇ ਇਸ ਦੇ ਫਾਦਰ ਨੂੰ ਅਤੇ ਇਹਦੀ ਮਦਰ ਨੂੰ ਘਰ ਵਿੱਚ ਵੜ ਕੇ ਜ਼ਖਮੀ ਕੀਤਾ। ਪੁਲਿਸ ਬੁਲਾਉਣ ਦੇ ਬਾਵਜੂਦ ਉਹ ਬੰਦੇ ਘੇਰਾ ਪਾ ਕੇ ਬੈਠੇ ਸੀ, ਪੁਲਿਸ ਨੇ ਇਹਦੇ ਫਾਦਰ ਨੂੰ ਘਰੋਂ ਖੜਿਆ, ਜਦਕਿ ਉਹਦਾ ਸਿਰ ਪਾਟਾ ਪੁਲਿਸ ਨੇ ਕੋਈ ਇਲਾਜ ਨਹੀਂ ਕਰਾਇਆ ਉਸਦਾ, ਅਤੇ ਉਲਟਾ ਉਹਨੂੰ ਪਰਚਾ ਦੇ ਕੇ ਜੇਲ੍ਹ ਭੇਜ ਦਿੱਤਾ। ਦੂਜੀ ਮੁਲਜ਼ਮ ਪਾਰਟੀ ਸ਼ਰੇਆਮ ਬਾਹਰ ਘੁੰਮ ਰਹੀ, ਇਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਇਹਦੀ ਕੋਈ ਮੈਡੀਕਲ ਰਿਪੋਰਟ ਹੈਗੀ ਤੁਹਾਡੇ ਕੋਲ? ਕਿਸਦੀ ਜੀ? ਜਿਹੜੇ ਜ਼ਖਮੀ ਹੋਇਆ ਸੀ ਜਿਹੜਾ ਲੜਕਾ? ਬਿਲਕੁਲ ਜੀ, ਉਹ ਸਾਡੀ ਇਹਨਾਂ ਦੀ ਮਦਰ ਜਿਹੜੀ ਹੈ ਉਹ ਅਜਨਾਲਾ ਹੋਸਪਿਟਲ ਐਡਮਿਟ ਹੈ। ਇਹਨੇ ਅਜਨਾਲਾ ਸਾਹਿਬ ਜਿਹੜੇ MLA ਨੇ ਇਹਨਾਂ ਨੇ SMO ਨੂੰ ਰੋਕਿਆ ਹੋਇਆ ਕਿ ਇਹਨਾਂ ਦੀ ਕੋਈ ਮੈਡੀਕਲ ਰਿਪੋਰਟ ਨਹੀਂ ਦੇਣੀ। ਉਹਦੀ ਸਾਨੂੰ ਫਸਟ ਕਾਪੀ MLR ਦੀ ਅੰਡਰ ਐਕਸ ਰਿਪੋਰਟ ਜਿਹੜੀ ਮਿਲੀ ਹੈ, ਫਾਈਨਲ ਰਿਪੋਰਟ ਅਜੇ ਤੱਕ ਸਾਡੀ ਨਹੀਂ ਆਈ। ਇਸ ਸੰਬੰਧ ਦੇ ਵਿੱਚ ਅੰਮ੍ਰਿਤਸਰ ਦੇ MP ਔਜਲਾ ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ? ਬਿਲਕੁਲ ਜੀ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਗੱਲਬਾਤ ਹੋਈ। ਕੋਈ ਇਸ ਤਰ੍ਹਾਂ ਕਿ ਜਿਸ ਦਿਨ ਮੇਰੇ 'ਤੇ ਪਰਚਾ ਹੁੰਦਾ ਵਾ, ਅਸੀਂ ਇਕੱਠੇ ਵਾਹਗਾ ਬਾਰਡਰ ਜੋ ਇੱਕ ਲਾਸ਼ ਰੁੜ ਕੇ ਗਏ ਸੀ ਕਿਸਾਨ ਦੀ, ਅਸੀਂ ਵਾਹਗਾ ਬਾਰਡਰ ਰਿਸੀਵ ਕਰਨ ਗਏ ਸੀ, ਅਸੀਂ ਉਸ ਦਿਨ ਇਕੱਠੇ ਸੀ ਸਾਰੇ। ਠੀਕ, ਹੁਣ ਕੀ ਮੰਗ ਕਰਦੇ ਜੀ ਆਪਣੀ ਸਰਕਾਰ ਵੱਲੋਂ, ਸਰਕਾਰ ਕੋਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ? ਅਸੀਂ ਮੰਗ ਕਰਦੇ ਹਾਂ ਜੀ ਸਰਕਾਰ ਕੋਲ, ਅਤੇ ਅਸੀਂ ਮੰਗ ਇਹ ਕਰਦੇ ਹਾਂ ਕਿ ਇਸ ਨੂੰ ਸੱਦ ਕੇ ਇਹਨੂੰ ਪੁੱਛਿਆ ਜਾਵੇ ਕਿ ਕਿਉਂ ਸਾਡੇ ਕਾਂਗਰਸੀ ਲੀਡਰਾਂ 'ਤੇ ਨਜਾਇਜ਼ ਪਰਚੇ ਹੋ ਰਹੇ ਆ, ਚਮਿਆਰੀ ਕਤਲ ਹੋਇਆ, ਉਹਨਾਂ ਦਾ ਭਰਾ ਮੰਨਦੇ ਬਾਵਜੂਦ ਵੀ ਉਹਨਾਂ ਪਰਿਵਾਰ ਸਾਰੇ ਸਾਰੇ ਪਰਿਵਾਰ 'ਤੇ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ, ਜਦਕਿ ਪ੍ਰੈਸ਼ਰਵਾਈਜ਼ ਕਰਕੇ ਕਿ ਇਹਨਾਂ ਦਾ ਫੈਸਲਾ ਹੋ ਸਕੇ। ਸਾਡੇ ਅਜਨਾਲੇ ਦੀ ਟਰਾਂਸਪੋਰਟ, ਜੋ ਸਾਡੇ ਰੇਤਾ ਮਾਫੀਆ ਅਤੇ ਸਾਰੇ ਅਕਾਲੀ ਦਲ ਦਾ ਕਬਜ਼ਾ, ਅੱਗੋਂ ਤੁਸੀਂ ਆਪ ਹਿਸਾਬ ਲਾ ਸਕਦੇ ਜੀ ਕਿ
ਸਾਡੇ 'ਚ ਕੀ ਕਮਜ਼ੋਰੀਆਂ ਨੇ ਕਿ ਅਕਾਲੀ ਦਲ ਹਜੇ ਵੀ ਸਾਡੇ ਹਲਕੇ 'ਤੇ ਕਬਜ਼ਾ ਕਰਕੇ ਬੈਠਾ ਹੈ। ਤੁਹਾਡੇ ਤੋਂ ਇਲਾਵਾ ਹੋਰ ਹੀ ਕਾਂਗਰਸੀ ਵਰਕਰ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਨੇ? ਬਿਲਕੁਲ ਜੀ, ਬੱਲੜਵਾਲ ਸੈਂਟਰਲ ਇਲੈਕਸ਼ਨ 'ਚ ਲੜਾਈ ਹੋਈ ਹੈ ਜੀ। ਸਾਡੇ ਕਾਂਗਰਸੀ ਵੀਰ ਸਾਡੇ ਉੱਥੇ ਮੌਜੂਦ ਸੀ, ਨਾਲ ਉਹਨਾਂ ਦਾ ਬੇਟਾ ਕਵਰ ਪ੍ਰਤਾਪ ਸਿੰਘ, ਉਹਨੇ ਆਪਣੇ ਬੇਟੇ ਦਾ ਨਾਂ ਕਢਵਾ ਕੇ ਉਹਨਾਂ ਵਿਚਾਰੇ ਪਰਚਾ ਦਰਜ ਕਰਾ ਕੇ ਉਹਨਾਂ ਜੇਲ੍ਹ ਭੇਜ ਦਿੱਤਾ। ਰੂਪਾ ਚੇਅਰਮੈਨ ਸਾਡਾ ਅਟਾਰੀ ਹਲਕੇ ਦਾ ਚੇਅਰਮੈਨ, ਉੱਥੇ ਪਰਚਾ ਝੂਠਾ ਪੁਲਿਸ ਨੇ ਦਿੱਤਾ ਜੀ, 2 ਗ੍ਰਾਮ ਨਸ਼ਾ ਪਾ ਕੇ। ਸਾਡੇ ਜਿੰਨੇ ਵੀ ਚੇਅਰਮੈਨ ਨੇ ਸਾਰਿਆਂ 'ਤੇ ਇਹਨਾਂ ਨੇ ਆਲਰੇਡੀ ਪਰਚਾ ਦੇ ਦਿੱਤਾ। ਤੁਹਾਡੀ ਜੀ ਐਂਟੀ ਨਾਰਕੋਟਿਕ ਸੈੱਲ ਦੀ ਸਾਰੀ ਟੀਮ ਮੇਰੇ ਨਾਲ ਹੈ, ਜੋ ਅੰਮ੍ਰਿਤਸਰ ਦੀ ਲੋਕਲ ਲੀਡਰਸ਼ਿਪ ਸਾਰੇ ਮੇਰੇ ਨਾਲ ਨੇ। ਇਹ ਅਸੀਂ ਇੱਕ ਸੈਂਟਰੀ ਸਾਨੂੰ ਇਮੀਡੀਏਟਲੀ ਕਾਨਫਰੰਸ ਸੱਦਣੀ ਪਈ, ਜਿਸ ਕਰਕੇ ਉਹ ਪਹੁੰਚ ਨਹੀਂ ਸਕੇ। ਇਨਸਾਫ ਨਹੀਂ ਮਿਲਦਾ ਤਾਂ ਕੀ ਅੱਗੋਂ ਆਉਣ ਵਾਲਾ ਸਮੇਂ ਦੇ ਵਿੱਚ ਕੀ ਕਰੋਗੇ ਤੁਸੀਂ? ਆਉਣ ਜੇ ਇਨਸਾਫ ਨਹੀਂ ਮਿਲਦਾ, ਅਸੀਂ ਹੁਣ ਆਈ ਜੀ ਨੂੰ ਆਪਣੇ ਪਰਚਾ ਕੈਂਸਲ ਕਰਨ ਵਾਸਤੇ ਐਪਲੀਕੇਸ਼ਨ ਦੇ ਆਏ ਹਾਂ। ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇਹਦਾ ਤਿੱਖਾ ਵਿਰੋਧ ML ਦੇ ਵਿਰੁੱਧ ਕਰਾਂਗੇ, ਹੋ ਸਕਿਆ ਤਾਂ ML ਦੀ ਕੋਠੀ ਦਾ ਘਿਰਾਓ ਵੀ ਕਰਾਂਗੇ ਅਤੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਹਲਕੇ 'ਚ ਇਹਦੇ ਬਾਰੇ ਖੁੱਲ੍ਹ ਕੇ ਮਜਬੂਰ ਹੋ ਜਾਵਾਂਗੇ ਖੁੱਲ੍ਹ ਕੇ ਬੋਲਣ। ਮੈਨੂੰ ਸਾਰਾ ਪਤਾ ਕਿੱਥੇ ਕਿੰਨੇ ਦੀ ਡੀਲ ਹੁੰਦੀ ਆ, ਕਿਹੜਾ ਬੰਦਾ ਟਰਾਂਸਪੋਰਟ 'ਤੇ ਟੈਂਡਰ ਲੈ ਕੇ ਕਿੰਨੇ 'ਚ ਡੀਲ ਕਰਕੇ ਉਹ ਕਬਜ਼ਾ ਕਰਦਾ। ਜਿਨ੍ਹਾਂ ਨੇ ਤੁਹਾਡੇ ਪਰਚਾ ਦਰਜ ਕਰਵਾਇਆ ਕੀ ਨਾਂ ਨੇ ਉਹਨਾਂ ਦੇ? ਉਹ ਇੱਕ ਹਰਪਾਲ ਸਿੰਘ, ਇੱਕ ਵਿਕਰਮਜੀਤ ਸਿੰਘ, ਜੋ ਕਿ ਉਹ ਅਕਾਲੀ ਦਲ ਵਿੱਚ ਸੀਗੇ ਪਹਿਲੇ। ਹਰਪਾਲ ਸਿੰਘ ਨੂੰ ਮੈਂ ਸ਼ਾਮਿਲ ਕਰਵਾਇਆ ਆਪਣੇ ਪਿੰਡ ਸਦਕ ਅੰਮ੍ਰਿਤ ਸਾਹਿਬ ਅਕਾਲੀ ਦਲ 'ਚੋਂ ਕਾਂਗਰਸ 'ਚ ਸ਼ਾਮਿਲ ਕਰਾਇਆ। ਵਿਕਰਮਜੀਤ ਸਿੰਘ ਹਜੇ ਵੀ ਅਕਾਲੀ ਦਲ 'ਚ ਸ਼ਾਮਿਲ ਹੈ। ਕਿਹੜੇ ਥਾਣੇ 'ਚ? ਥਾਣਾ ਰਮਦਾਸ 'ਚ। ਠੀਕ ਹੈ, 326